ਨੌਜਵਾਨਾਂ ਨੂੰ IPL ਦੇ ਸਹਾਰੇ ਵੋਟਰ ਕਾਰਡਾਂ ਦੇ ਨਾਲ ਜੋੜਨ ਲਈ ਮੋਹਾਲੀ ਪ੍ਰਸ਼ਾਸਨ ਵੱਲੋਂ ਖਾਸ ਕਦਮ ਚੁੱਕੇ ਗਏ ਨੇ। ਦੇਸ਼ ਵਿਚ ਇਸ ਵੇਲੇ ਇੰਡੀਅਨ ਪ੍ਰੀਮੀਅਰ ਲੀਗ ਦਾ ਜਾਦੂ ਲੋਕਾਂ ਦੇ ਸਿਰ ਚੜ ਕੇ ਬੋਲ ਰਿਹਾ ਤੇ ਅਗਲੇ ਮਹੀਨੇ ਦੇਸ਼ ਭਰ ਚ ਲੋਕ ਸਭਾ ਚੋਣਾਂ ਵੀ ਹੋਣੀਆਂ ਨੇ ਤੇ ਇਸ ਲਈ ਮੋਹਾਲੀ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਚੋਣਾਂ ਨਾਲ ਜੋੜਨ ਦਾ ਰਾਹ ਲੱਭ ਲਿਆ ਗਿਆ ਹੈ। ਮੋਹਾਲੀ ਵਿਖੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਹੈ ਤੇ ਇੱਥੇ ਪੰਜਾਬ ਦੀ ਟੀਮ ਦੇ ਕਈ ਮੈਚ ਹੋਣੇ ਨੇ। ਮੈਚ ਦੇਖਣ ਲਈ ਮੋਟੇ ਪੈਸੇ ਖਰਚਣੇ ਪੈਂਦੇ ਨੇ ਪਰ ਮੋਹਾਲੀ ਪ੍ਰਸ਼ਾਸਨ ਨੌਜਵਾਨਾਂ ਨੂੰ ਮੁਫ਼ਤ ਚ ਮੈਚ ਦਿਖਾਵੇਗਾ ਪਰ ਉਸ ਤੇ ਇੱਕ ਸ਼ਰਤ ਵੀ ਹੈ। ਮੋਹਾਲੀ ਦੇ DC ਕਮ ਚੋਣ ਅਧਿਕਾਰੀ ਗੁਰਪ੍ਰੀਤ ਕੌਰ ਸਪਰਾ ਆਪਣੇ ਦਫ਼ਤਰ ਤੋਂ ਉਹਨਾਂ ਨੌਜਵਾਨਾਂ ਨੂੰ ਮੁਫ਼ਤ ਮੈਚ ਵਿਖਾਉਣਗੇ ਜਿਨ੍ਹਾਂ ਕੋਲ ਫੋਟੋ ਵਾਲਾ ਵੋਟਰ ਕਾਰਡ ਹੈ ਤੇ ਉਹਨਾਂ ਨੇ ਪਹਿਲੀ ਵਾਰ ਵੋਟ ਦਾ ਇਸਤੇਮਾਲ ਕਰਨਾ ਹੈ। ਯੰਗ ਵੋਟਰਸ ਨੂੰ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਬਹੁਤ ਸਾਰਿਆਂ ਨੇ IPL ਮੈਚਿਸ ਦੇਖਣ ਦੀ ਇੱਛਾ ਵੀ ਹੋਣੀ ਹੈ ਤੁਹਾਡੀ, ਤਾਂ ਜਿਹੜੇ ਬੱਚੇ ਫਸਟ ਟਾਈਮ ਵੋਟਰਸ ਨੇ ਅਤੇ ਜਿਨ੍ਹਾਂ ਕੋਲ ਫੋਟੋ ID ਕਾਰਡ ਜਿਹੜਾ ਤੁਹਾਡਾ ਇਲੈਕਸ਼ਨ ਵਾਲਾ ਕਾਰਡ ਹੈ, ਉਹ ਅਪ੍ਰੈਲ ਦੇ ਵਿੱਚ ਜਿਹੜੇ ਮੈਚਿਸ ਹੋਣਗੇ ਔਰ ਮਈ ਦੇ ਵਿੱਚ ਜਿਹੜੇ ਮੈਚਿਸ ਹੋਣਗੇ ਉਹਦੇ ਵਿੱਚ ਐਟਲੀਸਟ ਜਿਹੜੇ ਫਸਟ ਕਮ ਫਸਟ ਸਰਵਡ ਵਾਲਾ ਹੋਊਗਾ 10 ਬੱਚੇ 10 ਲੜਕੀਆਂ ਅਤੇ 10 ਲੜਕੇ ਉਹਨਾਂ ਨੂੰ ਮੇਰੇ ਆਫਿਸ 'ਚ ਮੇਰੇ ਵੱਲੋਂ ਫਰੀ ਪਾਸਿਸ ਦਿੱਤੇ ਜਾਣਗੇ ਬਟ ਫਸਟ ਟਾਈਮ ਵੋਟਰਸ ਓਨਲੀ। ਜਿਨ੍ਹਾਂ ਨੇ ਹੁਣ ਵੀ ਜੇ ਨਹੀਂ ਤੁਸੀਂ ਬਣਵਾਇਆ ਤਾਂ ਬਣਵਾ ਲਓ, ਤਾਂ ਹੀ ਮੈਂ ਅਪ੍ਰੈਲ ਵਾਲੇ ਮੈਚਿਸ ਕਹੇ ਹੈ, ਬਣਵਾ ਲਓ 10 ਲੜਕੀਆਂ 10 ਲੜਕੇ ਫਰੀ ਪਾਸਿਸ ਗੈਸਟਸ ਆਫ ਦ DC। ਹਾਲਾਂਕਿ ਮੋਹਾਲੀ ਪ੍ਰਸ਼ਾਸਨ ਵੱਲੋਂ 10 ਮੁੰਡਿਆਂ 10 ਕੁੜੀਆਂ ਨੂੰ ਮੁਫ਼ਤ ਪਾਸ ਦਿੱਤੇ ਜਾਣੇ ਨੇ ਪਰ ਇਹ ਪਾਸ ਪਹਿਲਾਂ ਆਓ ਤੇ ਪਹਿਲਾਂ ਪਾਓ ਦੇ ਆਧਾਰ ਤੇ ਵੰਡੇ ਜਾਣੇ ਨੇ। ਨੌਜਵਾਨਾਂ ਨੂੰ ਚੋਣਾਂ ਦੇ ਨਾਲ ਜੋੜਨ ਤੇ ਮੋਹਾਲੀ ਪ੍ਰਸ਼ਾਸਨ ਦੇ ਸੁਪਰਾਲੀ ਦੀ ਸ਼ਲਾਘਾ ਹੋਣੀ ਤਾਂ ਸਹਿਜ ਹੀ ਬਣਦੀ ਹੈ। ਕੈਮਰਾਮੈਨ ਹਰਪ੍ਰੀਤ ਸੋਢੀ ਦੇ ਨਾਲ ਗੁਰਪ੍ਰੀਤ ਸਿੰਘ ਬੈਨੀਪਾਲ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਜੇ ਤੁਹਾਡੇ IELTS ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ, SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ। ਮਿਲੋ ਸਾਡੀ ਐਕਸਪਰਟ ਪਿਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ, ਜਿਹਨੂੰ 14 ਸਾਲ ਅਤੇ 25,000 ਐਪਲੀਕੇਸ਼ਨਸ ਦਾ ਤਜਰਬਾ ਹੈ।